ਪੰਜਾਬ ਦੇ ਗੌਰਵਮਈ ਤੇ ਉਸ ਯੂਨੀਵਰਸਿਟੀ ਨੂੰ 200 ਕਰੋੜ ਰੁਪਏ ਦਾ ਮਾਨਯੋਗ ਚੀਮਾਂਤ ਸਾਹਿਬ ਨੇ ਐਲਾਨ ਕੀਤਾ अनेका ਹੋਰ ਬਜਟ ਦੇ ਵਿੱਚ ਉਹਨਾਂ ਨੇ ਪ੍ਰੋਵੀਜ਼ਨਸ ਰੱਖੀਆਂ ਨੇ ਉਮੀਦ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਜਿਨ੍ਹਾਂ ਬਜਟਰੀ ਪ੍ਰੋਵੀਜ਼ਨਸ ਉਹਨਾਂ ਨੇ ਵਾਦਾ ਕੀਤਾ ਹੈ ਉਹਦਾ ਸਹੀ ਲੋਕਾਂ ਨੂੰ ਆਵਾਮ ਨੂੰ ਉਹਦਾ ਫਾਇਦਾ ਹੋਏਗਾ ਦੇਖੋ ਬਹੁਤ ਛੇਤੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਝੁੰਡਾ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ ਕੋਰ ਕਮੇਟੀ ਵੱਲੋਂ ਕਿ ਪਿਛਲੀਆਂ ਵੱਡੀ ਹਾਰ ਜਿਹੜੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਤੇ ਵਿਚਾਰ ਕਰਨ ਲਈ ਦੀਗਰ ਸਾਰਿਆਂ ਜ਼ਿਲ੍ਹਿਆਂ ਵਿੱਚ ਉਹਨਾਂ ਨੇ ਸਮੀਖਿਆ ਕੀਤੀ ਪਰ ਕਿਉਂਕਿ ਸੰਗਰੂਰ ਦੀ ਜ਼ਿਮਨੀ ਚੋਣ ਆ ਗਈ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਵਿਚਾਰ ਕਰਨ ਲਈ ਮੀਟਿੰਗ ਬੁਲਾ ਲਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਤਬਦੀਲੀਆਂ ਦਾ ਸੰਕੇਤ ਜਿੱਥੇ ਮੈਂ ਕੋਰ ਕਮੇਟੀ ਦੇ ਮੈਂਬਰ ਵਜੋਂ ਦੇ ਰਿਹਾ ਹਾਂ ਨਾਲ ਦੀ ਨਾਲ ਮੈਂ ਇਹ ਵੀ ਸੰਕੇਤ ਦੇ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਯੰਗਰ ਲੀਡਰਸ਼ਿਪ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ 102 ਵਰਿਆਂ ਦਾ ਗੌਰਵਮਈ ਇਤਿਹਾਸ ਹੈ ਇਹ ਡਿਫਰੈਂਸ਼ੀਏਟ ਕਰਨ ਪੰਜਾਬ ਦੇ ਲੋਕ ਕਿ ਇਹ ਬਾਦਲ ਦਾ ਨਹੀਂ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਗੌਰਵਮਈ ਇਤਿਹਾਸ ਹੈ ਜਿਨੇ ਬਾਬਾ ਖੜਕ ਸਿੰਘ ਜినੇ ਰਬਦਮਨ ਸਿੰਘ ਨਾਬਾਜ ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਗੁਰਚਾਰਨ ਸਿੰਘ ਟੋੜਾ ਜਿਨ੍ਹਾਂ ਨੇ ਮਹਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਕਾਰਕੁਨ ਸ਼ਹੀਦ ਪੈਦਾ ਕੀਤੇ ਹਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਰਿਜਨਲ ਪਾਰਟੀ ਵਜੋਂ ਜ਼ਿੰਦਾ ਰਹਿਣਾ ਪੰਜਾਬੀਆਂ ਦੇ ਇੰਟਰਸਟ ਵਿੱਚ ਹੈ ਔਰ ਪੰਜਾਬੀਆਂ ਦੇ ਭਵਿੱਖ ਤੇ ਅਧਾਰਿਤ ਹੈ ਫਾਊਂਡੇਸ਼ਨ ਹੈ ਇਸ ਕਰਕੇ ਬਹੁਤ ਛੇਤੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਜਿਹੜੀ ਹੈ ਨੌਜਵਾਨ ਜਿਹੜੇ ਬਹੁਤ ਚਾਰ ਪੰਜ ਕਪੇਬਲ ਨੇ ਗੁਰਪ੍ਰਤਾਪ ਸਿੰਘ ਬਡਾਲਾ ਮਨਪ੍ਰੀਤ ਸਿੰਘ ਆਯਾਲੀ ਰਵੀ ਕਾਲੂ अनेका ਹੋਰ ਜਿਹੜੇ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਨਵੇਂ ਬੰਦੇ ਔਰ ਹੋ ਸਕਦਾ ਹੈ ਕਿ ਤ્યાਗ ਦੀ ਭਾਵਨਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਡੈਮੋਕ੍ਰੇਸੀ ਚ ਹਮੇਸ਼ਾ ਇਹ ਹੁੰਦਾ ਹੈ ਕਿ ਵੱਡੀਆਂ ਹਾਰਾਂ ਤੋਂ ਬਾਅਦ ਤਿਆਗ ਕਰਨਾ ਅਤੀ ਜ਼ਰੂਰੀ ਹੁੰਦਾ ਪਰ ਇਹ ਹੁਣ ਡਿਪੈਂਡ ਕਰੇਗਾ ਇੰਡੀਵਿਜੂਅਲ ਕਿਸੇ ਬਾਰੇ ਮੈਂ ਵਿਅਕਤੀਤਵ ਬਿਆਨ ਨਹੀਂ ਦੇ ਸਕਦਾ ਲੇਕਿਨ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਪਾਰਟੀ ਦੇ ਵਿੱਚ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਜੇ ਇੱਕ ਪ੍ਰੈਜ਼ੀਡੀਅਮ ਫਾਰਮ ਕਰੇ ਪਾਰਟੀ ਜਿਹਦੇ ਵਿੱਚ ਸਾਰੇ ਸੀਨੀਅਰ ਲੀਡਰਸ ਸ਼ਾਮਲ ਹੋਣ ਫਾਰ ਇਗਜ਼ੈਂਪਲ ਫਾਰ ਇਗਜ਼ੈਂਪਲ ਸੈਕਟਰੀ ਜਨਰਲ ਸਭ ਤੋਂ ਸੀਨੀਅਰ ਮੋਸਤ ਬਲਵਿੰਦਰ ਸਿੰਘ ਪੁੰਦੜ ਹਨ ਇਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਲਵਿੰਦਰ ਸਿੰਘ ਪੁੰਦੜ ਆ ਪਾਰਟੀ ਦੇ ਵਰਕਿੰਗ ਐਕਟਿੰਗ ਪ੍ਰੈਜ਼ੀਡੈਂਟ ਵਜੋਂ ਆਉਣ ਵਾਲੀ ਸਮੀਖਿਆ ਚੂਂਦਾ ਕਮੇਟੀ ਬਹੁਤ ਮਹੱਤਵ ਰੱਖਦੀ ਹੈ ਜਿਹਦਾ ਜ਼ਿਕਰ ਨਹੀਂ ਹੋਇਆ ਪੰਜਾਬ ਦੇ ਜਰਨਲਿਜ਼ਮ ਵਿੱਚ ਔਰ ਪੰਜਾਬ ਦੇ ਅਨੇਕਸਮਝਦਾ ਸਤਕਾਰਯੋਗ ਸਾਰੇ ਚੈਨਲਸ ਜਾਂ ਤੁਹਾਡੇ ਮੀਡੀਆ ਦੇ ਵਿੱਚ ਮੈਂ ਇਹ ਰਿਕੁਐਸਟ ਕਰਾਂਗਾ ਕਿ ਆਉਣ ਵਾਲੇ ਦਿਨਾਂ ਜਿਹੜੀ ਚੂਂਦਾ ਕਮੇਟੀ ਦੀਆਂ ਫਾਈਂਡਿੰਗਸ ਹੈ ਉਹ ਬਹੁਤ ਵੱਡਾ ਇਨਕਲਾਬ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਲਿਆਉਣ ਵਾਲੇ ਹੈ ਅਸੀਂ ਆਪਦੇ ਆਈਡੀਅਲਸ ਨੂੰ ਜੋ ਪੁਰਾਤਨ ਸਮਿਆਂ ਦੇ ਵਿੱਚ ਕੁਰਬਾਨੀਆਂ ਕਰਦੇ ਰਹੇ ਐ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਸ਼ਰੋਮਣੀ ਅਕਾਲੀ ਦਲ ਦੇ ਕਾਡਰ ਨੂੰ ਤੇ ਪ੍ਰੈਸ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਦੋ ਡਿਫਰੈਂਟ ਆਇਡੈਂਟਿਟੀਆਂ ਨੇ ਇੱਕ ਬਾਦਲ ਪਰਿਵਾਰ ਹੈ ਇੱਕ ਸ਼ਰੋਮਣੀ ਅਕਾਲੀ ਦਲ ਹੈ ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨਾਲ ਇਕੱਲੇ ਨਾਲ ਰਲਗੱਡ ਕਰ ਦੇਣਾ ਇਹ ਇਨਸਾਫ ਨਹੀਂ ਹੋਏਗਾ ਇੱਕ ਰੀਜਨਲ ਪਾਰਟੀ ਜਿਹਦਾ ਐਡਾ ਗੌਰਵਮਈ ਇਤਿਹਾਸ ਹੈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗਦਰੀ ਭਾਬੇ ਬਬਰ ਅਕਾਲੀ ਐਮਰਜੈਂਸੀ ਪੰਜਾਬੀ ਸੂਬੇ ਦਾ ਮੋਰਚਾ ਮਗਰ ਸ਼ਰੋਮਣੀ ਅਕਾਲੀ ਦਲ ਇਨਕਲੂਸਿਵ ਅਜੰਡਾ ਦੇਗਾ ਪੰਜਾਬ ਦਾ ਇੱਕ ਫਿਰਕੇ ਦਾ ਨਹੀਂ ਇੱਕ ਕਿਸੇ ਸੈਕਟ ਦਾ ਨਹੀਂ ਸਮੁੱਚੀ ਪੰਜਾਬੀਅਤ ਦਾ ਇਨਕਲੂਸਿਵ ਅਜੰਡਾ ਅਸੀਂ ਆਉਣ ਵਾਲੇ ਦਿਨਾਂ 'ਚ ਦਿਆਂਗੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਮੈਂ ਤਾਂ ਇੱਥੋਂ ਤੱਕ ਵੀ ਸਹਿਮਤ ਐ ਮੈਂ ਤੁਹਾਨੂੰ ਸਭ ਕੁਝ ਦਰਸਾ ਰਿਹਾ ਕਿ ਸਹਿਜ ਧਾਰੀ ਜੋ ਗੁਰੂ ਵਿੱਚ ਵਿਸ਼ਵਾਸ ਰੱਖਣ ਵਾਲੇ ਪੰਜਾਬ ਦੇ ਲੋਕ ਹਨ ਉਹਨਾਂ ਨੂੰ ਵੀ ਵੋਟਾਂ ਦਾ ਅਧਿਕਾਰ ਹੋਵੇ ਔਰ ਇੱਕ ਵੱਡਾ ਸੁਧਾਰ ਔਰ ਇਨਕਲਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਰੀ ਦੁਨੀਆ ਦੇ ਲਾਇਕ ਬੰਦੇ ਇੰਟੈਲੈਕਚੁਅਲ ਬੰਦੇ ਉਹ ਸ਼ਾਮਲ ਹੋਣ ਔਰ ਇਹ ਵੀ ਇਹ ਵੀ ਤਲਾਸ਼ ਇਹ ਵੀ ਇਹ ਲਾਸਟ ਇਹ ਵੀ ਤਲਾਸ਼ ਕਰਨ ਜਾ ਰਹੇ ਹਨ ਕਿ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਹਨ ਉਹਨਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਜਿਹੜੇ ਕਪੇਬਲ ਬੰਦੇ ਨੇ ਜਿਹੜੇ ਪਾਰਲੀਮੈਂਟ ਵਿੱਚ ਪਰਫਾਰਮ ਕਰ ਸਕਣ ਮੈਨੂੰ ਇਹ ਦੱਸਣ ਲੱਗਿਆ ਹਾਲਾਂਕਿ ਉਹ ਮੇਰੇ ਇੱਕ ਵਿਰੋਧੀ ਪਾਰਟੀ ਵਿੱਚ ਹਨ ਅਗਰ ਅਜ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਵੱਡੀ ਜਿੱਤ ਮਿਲੀ ਹੈ ਉਹਦੇ ਵਿੱਚ ਭਗਵੰਤ ਸਿੰਘ ਮਾਨ ਦਾ ਜਿਹੜਾ ਰੋਲ ਰਿਹਾ ਹੈਗਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਅੰਦਰ ਉਹ ਬੜਾ ਆਊਟਸਟੈਂਡਿੰਗ ਰਿਹਾ ਮੁੱਦਿਆਂ ਦੇ ਉੱਤੇ ਅੱਜ ਕੱਲ ਰਵਾਜ ਹੈ ਅਸੀਂ ਸਵਾਈ ਕ੍ਰਿਟਿਸਿਜ਼ਮ ਤੋਂ ਹੋਰ ਕੋਈ ਕਰਦੇ ਨਹੀਂ ਲੇਕਿਨ ਕੁਝ ਪੋਜ਼ਿਟਿਵ ਪੁਆਇੰਟਸ ਜਿਹੜੇ ਹੈ ਡੈਮੋਕ੍ਰੇਸੀ ਵਿੱਚ ਉਹਨਾਂ ਨੂੰ ਹਮੇਸ਼ਾ ਜਾਣਨਾ ਚਾਹੀਦਾ ਹੈ